ਫਰੀਦਕੋਟ ਦੇ ਪਿੰਡ ਪੰਜਗਰਾਈ ਚੌਂਕੀ ਇੰਚਾਰਜ ਵੱਲੋਂ ਪਿੰਡ ਪੰਜਗਰਾਈ ਕੋਲ ਵਹੀਕਲ ਚੈਕਿੰਗ ਲਈ ਨਾਕੇਬੰਦੀ ਕੀਤੀ ਗਈ ਸੀ ਤਾਂ ਇਸੇ ਦੌਰਾਨ ਕੋਟਕਪੂਰਾ ਵਾਲੇ ਪਾਸੇ ਤੋਂ ਦੋ ਬਾਈਕ ਸਵਾਰ ਆਏ ਜਿਨ੍ਹਾਂ ਵੱਲੋਂ ਪੁਲਿਸ ਦੇ ਡਰ ਤੋਂ ਆਪਣਾ ਬਾਈਕ ਪਿੱਛੇ ਮੋੜ ਲਿਆ। ਵਾਪਸ ਭਜਾਉਣ ਦੇ ਚੱਕਰ ਵਿੱਚ ਦੋਵੇਂ ਥੱਲੇ ਡਿੱਗ ਗਏ। ਇਹਨਾਂ ਨੂੰ ਨਾਕੇਬੰਦੀ 'ਤੇ ਤੈਨਾਤ ਚੌਂਕੀ ਇੰਚਾਰਜ ਵੱਲੋਂ ਉਹਨਾਂ ਵੱਲ ਫਾਇਰ ਕੀਤਾ ਗਿਆ ਜੋ ਲੜਕੇ ਦੀ ਬਾਂਹ 'ਤੇ ਲੱਗਾ। ਦੂਸਰਾ ਰਗੜਾ ਰਗੜਨ ਕਾਰਨ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਲਿਆਂਦਾ ਗਿਆ। ਹਾਲਾਂਕਿ ਪੁਲਿਸ ਅਧਿਕਾਰੀ ਇਸ ਗੱਲ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਵਿੱਚ ਕੀਤਾ ਹਵਾਈ ਫਾਇਰ ਦੱਸ ਰਹੇ ਹਨ, ਪਰ ਕਿਤੇ ਨਾ ਕਿਤੇ ਪੁਲਿਸ ਦੀ ਇਸ ਕਾਰਵਾਈ 'ਤੇ ਸਵਾਲ ਜ਼ਰੂਰ ਖੜ੍ਹੇ ਹੁੰਦੇ ਹਨ। ਇੱਦਾਂ ਜੀ ਕਿ ਸਾਡੇ ਹੁਣ ਜਿੱਦਾਂ ਤੁਹਾਨੂੰ ਪਤਾ ਹੈ 15 ਅਗਸਤ ਨੇੜੇ ਆ ਰਹੀ ਹੈ ਅਤੇ ਅਸੀਂ ਜਗ੍ਹਾ ਜਗ੍ਹਾ ਨਾਕੇ ਲਗਾਏ ਹੋਏ ਆ, ਤਾਂ ਸਾਡੀ ਪੰਜਗਰਾਈ ਚੌਂਕੀ ਵਾਲਿਆਂ ਨੇ ਵੀ ਨਾਕਾ ਲਗਾਇਆ ਹੋਇਆ ਸੀ ਅਤੇ ਉੱਥੇ ਦੋ ਮੁੰਡੇ ਮੋਟਰਸਾਈਕਲ 'ਤੇ ਆਏ ਨੇ। ਇਹਨਾਂ ਨੇ ਉਹਨਾਂ ਨੂੰ ਰੋਕਣ ਦਾ ਜਦੋਂ ਇਸ਼ਾਰਾ ਕੀਤਾ ਉਹ ਐਕਚੁਲੀ ਰੁਕੇ ਨਹੀਂ ਹੈਗੇ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਭਾਈ ਕਿਉਂਕਿ ਨਾਕਾ ਚੈਕਿੰਗ ਕਰ ਰਹੇ ਸੀ, ਜਦੋਂ ਰੋਕਿਆ ਰੁਕੇ ਨਹੀਂ, ਨਾਕਾ ਗਾਂ ਲੱਗਾ ਹੋਇਆ ਸੀ ਆਪਣੇ ਜਿੱਦਾਂ ਬੈਰੀਗੇਡ ਟਾਈਪ ਹੁੰਦੇ ਨੇ, ਅਤੇ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਜਾ ਕੇ ਗਾਂ ਘੇਰਾ ਵੱਜ ਗਏ ਨਾਲ ਹੀ, ਹੈ ਨਾ ਜੀ, ਅਤੇ ਉਹ ਮੋਟਰਸਾਈਕਲ ਉਹਨਾਂ ਦਾ ਸਕਿੱਡ ਕਰ ਗਿਆ, ਗਿਰ ਗਏ, ਜਿਸ ਕਰਕੇ ਉਹਨਾਂ ਦੇ ਰਗੜਾ ਵਗੈਰਾ ਸੱਟਾਂ ਜਦੋਂ ਉਹ ਲੱਗੀਆਂ ਨੇ, ਫਿਰ ਆਪਾਂ ਉਹਨਾਂ ਨੂੰ ਚੱਕ ਕੇ ਲੈ ਕੇ ਇਮੀਡੀਏਟਲੀ ਮੈਡੀਕਲ ਅਟੈਂਸ਼ਨ ਵਾਸਤੇ ਤਾਂ ਜੋ ਉਹਨਾਂ ਨੂੰ ਇੱਥੇ ਆਪਾਂ ਜਮ੍ਹਾਂ ਕਰਾਇਆ। ਸਰ ਪੁਲਿਸ ਵੱਲੋਂ ਫਾਇਰ ਕੀਤਾ ਗਿਆ, ਇੱਕ ਲੜਕੇ ਦੀ ਬਾਂਹ 'ਤੇ ਫਾਇਰ ਲੱਗਾ? ਨਹੀਂ, ਇੱਦਾਂ ਇਹਨੇ ਜੀ, ਪੁਲਿਸ ਜਦੋਂ ਮੈਂ ਤੁਹਾਨੂੰ ਦੱਸਿਆ ਨਾਕਾ ਲੱਗਾ ਸੀ, ਜਦੋਂ ਇਹਨਾਂ ਨੇ ਵਾਰਨ ਵੀ ਕੀਤਾ ਸਾਡੇ ਚੌਂਕੀ ਇੰਚਾਰਜ ਨੇ ਅਤੇ ਭਾਈ ਤੁਸੀਂ ਰੁਕੋ, ਅਤੇ ਨੰਬਰ ਵੀ ਹੈ ਨਹੀਂ ਸੀ ਕੋਈ ਮੋਟਰਸਾਈਕਲ 'ਤੇ, ਅਤੇ ਫਿਰ ਅਸੀਂ ਕਿਉਂਕਿ ਥੋੜ੍ਹੀ 15 ਅਗਸਤ ਕਰਕੇ ਥੋੜ੍ਹੀ ਚੈਕਿੰਗ ਵੀ ਚੱਲ ਰਹੀ ਹੈ, ਥੋੜ੍ਹੀ ਅਲਰਟਨੈਸ ਵੀ ਜ਼ਿਆਦਾ ਹੈਗੀ ਹੈ, ਤਾਂ ਉਹਨੇ ਜੇ ਕੇਰਾ ਫਾਇਰ ਜਿਹੜਾ ਕੀਤਾ ਹੈਗਾ ਉਹ ਆਚ ਕੀਤਾ, ਜਸਟ ਟੂ ਲੋਕ ਕਹਿੰਦੇ ਆ ਕਿ ਵਾਰਨਿੰਗ ਦੀ ਸੇਕ, ਉਹਨੂੰ ਉਹਦੇ ਲੱਗਾ ਕਿ ਨਹੀਂ ਲੱਗਾ ਹੁਣ ਇਲਾਜ ਚੱਲ ਰਿਹਾ ਉਹਨੂੰ ਪਤਾ ਲੱਗੇਗਾ ਜੀ। ਸਰ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਬੱਚਾ ਉਹਨਾਂ 'ਚੋਂ ਮਾਈਨਰ ਹੈ, ਉਹ ਸਿਰਫ ਪੁਲਿਸ ਤੋਂ ਡਰਦੇ ਮਾਰੇ ਹੀ ਜਿਹੜਾ ਉਹਨਾਂ ਨੇ ਆਪਦਾ ਬਾਈਕ ਜਿਹੜਾ ਪਿੱਛੇ ਇਹਦਾ ਜੀ, ਉਹ ਜੇ ਪੁਲਿਸ ਦੇ ਪੁਲਿਸ ਪਹਿਲਾਂ ਇਹ ਤਾਂ ਨਹੀਂ ਹੈ ਨਹੀਂ ਕਿ ਉਹਨਾਂ ਨੇ ਉਸੇ ਵੇਲੇ ਹੀ ਉਹਨਾਂ ਨੂੰ ਇਕੱਲਿਆਂ ਨੂੰ ਰੋਕਿਆ, ਬਾਕੀਆਂ ਨੂੰ ਵੀ ਰੋਕ ਕੇ ਚੈੱਕ ਕਰ ਰਹੇ ਸੀ, ਲੋਕ ਆਪਣੇ ਆਪ ਕੋਆਪਰੇਟ ਕਰ ਰਹੇ ਸੀ ਪੁਲਿਸ ਨੂੰ, ਅਤੇ ਜੇ ਉਹਨਾਂ ਨੂੰ ਕੋਈ ਇੱਦਾਂ ਦੀ ਕਹਾਣੀ ਸੀ ਤਾਂ ਰੁਕ ਕੇ ਪੁਲਿਸ ਨੂੰ ਦੱਸਦੇ, ਹੈ ਨਾ ਜੀ, ਉਹਨਾਂ ਨੇ ਭਜਾਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ, ਇਹ ਚੀਜ਼ ਸ਼ੰਕਾ ਪੈਦਾ ਕਰਦੀ ਹੈ। ਦੋਨੋਂ ਬੱਚਿਆਂ ਦੀ ਕੰਡੀਸ਼ਨ ਕਿੱਦਾਂ? ਦੇ ਆਰ ਫਾਈਨ, ਠੀਕ ਨੇ ਜੀ।